ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਵਿਸਾਖੀ ਦੇ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ। ਇਹ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਜਾਇਆ ਗਿਆ। ਇਹ ਨਗਰ ਕੀਰਤਨ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਸਿਟੀ ਸੈਂਟਰ ਵੱਲ ਦੀ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਸੰਗਤਾਂ ਨੇ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਅਤੇ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰ ਸੁਰਿੰਦਰ ਛਾਬੜਾ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਗਲ ਸਿੰਘ ਅਤੇ ਰਜਿੰਦਰ ਸਿੰਘ ਚਿੱਟੀ ਨੇ ਨਗਰ ਕੀਰਤਨ ਬਾਰੇ ਚਾਨਣਾ ਪਾਇਆ ਅਤੇ ਪੁੱਜੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। The egocentric persons remain in unity and the congregation of the Guru enjoys the association of Guru and that is Khalsa. Khalsa is the nation of Sikhism. Guru Gobind Singh on the special day of Baisakhi in 1699, Guru sent the Hukmanama, the letter to throw out the Indian continent. And on Saturday, there are 80,000 Sikhs gathered there. Guru has come on the stage, immersed on the stage. ਵਾਹ ਪ੍ਰਗਟੇ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰ ਪਿਆਰੀ ਸਾਧਕ ਜੀ, ਖਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਆਪ ਗੁਰੀਆਂ ਸੰਗਤਾਂ ਨੂੰ, ਸਮੂਹ ਸਿੱਖ ਜਗਤ ਨੂੰ ਅਤੇ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਟਰ ਸ਼ਹਿਰ ਦੀ ਸਮੂਹ ਸੰਗਤ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ। ਲੈਟਰ ਸ਼ਹਿਰ ਦੇ ਵਿੱਚ ਤਕਰੀਬਨ 1983 ਤੋਂ ਲੱਗ ਕੇ ਔਰ ਅੱਜ 2018 ਤੱਕ ਨਗਰ ਕੀਰਤਨ ਹੋਇਆ ਕਰਦੇ ਨੇ। ਸੋ ਜਿਹਦੇ ਵਿੱਚ ਸਿਹਬ ਕਮਾਲ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦਾ ਅਵਤਾਰ ਦਿਹਾੜਾ ਅਤੇ ਖਾਲਸਾ ਪੰਥ ਦਾ ਜਨਮ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ 1984 ਤੋਂ ਚੱਲਦੇ ਆ ਰਹੇ ਨੇ ਔਰ ਕੱਲ੍ਹ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 9 ਹੋਲੀਬੋਨ ਤੋਂ ਇਹ ਪੂਰੇ 11:30 ਵਜੇ ਨਗਰ ਕੀਰਤਨ ਆਰੰਭ ਹੋਵੇਗਾ। ਸੋ ਟਾਊਨ ਦੇ ਵਿੱਚ ਦੀ ਸਫ਼ਰ ਕਰਦਿਆਂ ਹੋਇਆਂ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਤਕਰੀਬਨ 2 ਵਜੇ ਪਹੁੰਚ ਜਾਏਗਾ, ਜਿਹਦੇ ਵਿੱਚ ਅਸੀਂ ਅਹੀ ਸੰਗਤਾਂ ਨੂੰ ਔਰਡਰ ਅਪੀਲ ਕਰਦੇ ਹਾਂ ਅਤੇ ਲੈਟਰ ਦੀ ਸਮੂਹ ਗੁਰਦੁਆਰਾ ਸਾਹਿਬਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਅਤੇ ਰੌਣਕਾਂ ਵਧਾਉਣੀਆਂ ਨੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸੋ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ 2 ਵਜੇ ਤੋਂ ਬਾਅਦ ਗੁਰੂ ਦਰਬਾਰ ਦੇ ਵਿੱਚ ਬਹੁਤ ਭਾਰੀ ਦੀਵਾਨ ਸੱਜਣਗੇ, ਜਿੱਥੇ ਕਿ ਬਹੁਤ ਪੰਥਕ ਬੁਲਾਰੇ ਆਉਣਗੇ, ਸੁਰਾਗੀ ਢਾਡੀ ਕਥਾ ਵਿੱਚ ਸਾਰੇ ਪਹੁੰਚਣਗੇ। ਸੋ ਸਾਰਿਆਂ ਨੂੰ ਸਰਵਣ ਕਰਕੇ ਜਾਣਾ ਹੈ। ਅਸੀਂ DD ਟੈਲੀਵਿਜ਼ਨ ਦਾ ਬਹੁਤ ਬਹੁਤ ਸਾਡਾ ਸਾਡੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਪੰਜਾਬ ਦੀ ਧਰਤੀ 'ਤੇ ਫਿਰ ਜਿੱਥੇ ਖਾਲਸਾ ਪੰਥ ਬੈਠਾ ਹੈ, ਖਾਲਸਾ ਪੰਥ ਦੇ ਜਰਨੈਲ ਬੈਠੇ ਨੇ, ਸਮੂਹ ਪੰਥ ਨੂੰ ਲੈਟਰ ਸ਼ਾਹ ਦੀ ਸਮੂਹ ਸਾਧ ਸੰਗਤ ਅਤੇ ਪੰਥ ਖਾਲਸੇ ਵੱਲੋਂ ਆਪ ਜੀ ਨੂੰ ਅਲੱਗ ਅਲੱਗ ਵਧਾਈ ਅਤੇ ਤੁਹਾਡੇ ਲਈ ਚੜ੍ਹਦੀ ਕਲਾ ਦੇ ਲਈ ਅਸੀਂ ਗੁਰੂ ਦੇ ਚਰਨ 'ਚ ਅਪੀਲ ਕਰਦੇ ਹਾਂ। ਮਹਾਰਾਜ ਸੱਚਾ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਰੱਖੇ ਔਰ ਸੰਤੋਖ ਬਖਸ਼ੇ ਔਰ ਆਪਣੇ ਦੋ ਨਿਸ਼ਾਨੇ ਦੇ ਵਿੱਚ ਸਫਲ ਰਹੋ।